ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 9 ਤੇ 2 ਸਾਲਾਂ ਮਾਸੂਮ ਨੇ ਬਰਸਿਆ ਸੌਹਰਿਆਂ ਦਾ ਕਹਿਰ ਰੋ ਰੋ ਕੇ ਲਈ ਇਨਸਾਫ ਦੀ ਗੁਹਾਰ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦਹੇਜ ਦੇ ਕਾਰਨ ਕਿੰਨੀਆਂ ਹੀ ਲੜਕੀਆਂ ਕਿੰਨੇ ਹੀ ਕਸ਼ਟ ਸਹਣੇ ਪੈਂਦੇ ਨੇ ਦਹੇਜ ਨੂੰ ਲੈ ਕੇ ਲੈਣ ਦੇਣ ਨੂੰ ਲੈ ਕੇ ਲੜਕੀਆਂ ਦੇ ਨਾਲ ਖਿੱਚ ਤੂ ਕੀਤੀ ਜਾਂਦੀ ਇੱਥੋਂ ਤੱਕ ਕਿ ਲੜਕੀਆਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ ਤਾਜ਼ਾ ਮਾਮਲਾ ਗਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਆਹੁਤਾ ਨੇ ਸਹੁਰੇ ਪਰਿਵਾਰ ਤੇ ਦੋਸ਼ ਲਾਏ ਨੇ ਸਹੁਰਾ ਪਰਿਵਾਰ ਨੇ ਦਾਜ ਦੀ ਖਾਤਰ ਉਸ ਦੀ ਖਿੱਚ ਤੂ ਕੀਤੀ ਘਰੋਂ ਕੱਢ ਦਿੱਤਾ ਲੜਕੀ ਦੇ ਵੱਲੋਂ ਇਸ ਸਬੰਧੀ ਪੁਲਿਸ ਦੇ ਵਿੱਚ ਦਰਖਾਸਤ ਦਿੱਤੀ ਗਈ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਤਸਵੀਰ ਦੇ ਵਿੱਚ ਤੁਸੀਂ ਲੜਕੀ ਨੂੰ ਦੇਖ ਸਕਦੇ ਹੋ ਪੀੜਤ ਲੜਕੀ ਸੋਨੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਸਹੁਰਾ ਪਰਿਵਾਰ ਨੇ ਉਸ ਦੀ ਦਹੇਜ ਦੀ ਖਾਤਰ ਖਿੱਚਤੂ ਕਰਕੇ ਘਰੋਂ ਕੱਢ ਦਿੱਤਾ ਸਹੁਰਾ ਪਰਿਵਾਰ ਉਸ ਦੀ ਦਹੇਜ ਖਾਤਰ ਖਿੱਚਤੂ ਕਰਦਾ ਰਹਿੰਦਾ ਸੀ ਉਹਨਾਂ ਨੂੰ ਪੇਕੇ ਪਰਿਵਾਰ ਦੇ ਨਾਲ ਗੱਲ ਵੀ ਨਹੀਂ ਕਰਨ ਦਿੱਤੀ ਜਾਂਦੀ ਸੀ ਇਸ ਦੇ ਕਾਰਨ ਉਹਨਾਂ ਨੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਪੇਕੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਉਸ ਦੀ ਮਾਂ 2019 ਦੇ ਵਿੱਚ ਉਸ ਨੂੰ ਘਰ ਲੈ ਗਈ ਉਸ ਦੀਆਂ ਤਿੰਨ ਨਾਨਾ ਨਾਨਾ ਜਿਹੜੀਆਂ ਪਰਮਜੀਤ ਕੌਰ ਵਾਸੀ ਖੁੰਡੇ ਰਜਨੀਵਾਲਾ ਪਤਨੀ ਮਲਕੀਤ ਸਿੰਘ ਵੰਦੂਆਸੀ ਜਾਗੋਵਾਲ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਸੋ ਤਸਵੀਰ ਤੁਸੀਂ ਉਸ ਭੈਣ ਦੇ ਆਪਣੇ ਹਸਬੰਦ ਦੇ ਨਾਲ ਆਪਣੇ ਘਰ ਵਾਲੇ ਦੇ ਨਾਲ ਦੇਖ ਸਕਦੇ ਹੋ ਉਹਨਾਂ ਨੇ ਦੱਸਿਆ ਕਿ 24 ਜੁਲਾਈ 2021 ਨੂੰ ਪੁਲਿਸ ਨੂੰ ਦਰਖਾਸਤ ਦਿੱਤੀ ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਕੋਲ 2.5 ਸਾਲ ਦਾ ਲੜਕਾ ਜਿਸ ਦਾ ਪਾਲਣ ਪੋਸ਼ਣ ਹੈ ਉਹ ਖੁਦ ਕਰਦੀ ਉਹਨਾਂ ਨੇ ਅੱਜ ਤੱਕ ਬੱਚੇ ਦਾ ਪਾਲਣ ਪੋਸ਼ਣ ਦਾ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਮੋਟਰਸਾਈਕਲ ਦੀ ਮੰਗ ਕੀਤੀ ਜਾ ਰਹੀ ਹੈ ਜੋ ਆਪ ਪ੍ਰਾਈਵੇਟ ਨੌਕਰੀ ਕਰਕੇ ਉਸ ਨੇ ਮੋਟਰਸਾਈਕਲ ਉਹਨਾਂ ਨੂੰ ਖਰੀਦ ਕੇ ਦਿੱਤਾ ਉਹ ਸ਼ਿਵਾਲਕ ਡਿਗਰੀ ਕਾਲਜ ਦੇ ਵਿੱਚ ਇਤਿਹਾਸ ਦੀ ਲੈਕਚਰਾਰ ਸੀ ਸੋ ਲੜਕੀ ਦੀ ਮਾਂ ਨੇ ਦੱਸਿਆ ਜੀ ਉਹਨਾਂ ਦਾ ਜਵਾਈ ਪਹਿਲਾਂ ਤਾਂ ਤੀਨ ਨਾਲ ਠੀਕ ਠਾਕ ਰਹਿੰਦਾ ਸੀ ਪਰ ਕੁਝ ਸਮਾਂ ਬਾਅਦ ਉਹਨਾਂ ਦਾ ਜਵਾਈ ਧੀ ਨੂੰ ਦੇ ਆਪਣਾ ਦਾਜ ਦਹੇਜ ਦੀ ਖਾਤਰ ਤੰਗ ਪ੍ਰੇਸ਼ਾਨ ਕਰਨ ਲੱਗਾ ਖਿੱਚ ਤੂ ਕਰਨ ਲੱਗਾ ਧੰਨਵਾਦ